ਹਾਂਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦੋਸਤੋ। ਆਜ ਮੈਂ ਆਪਕੋ ਆਪਣੇ ਘਰ ਮੇਂ ਲਗਾ ਹੁਆ ਜੋ ਪੌਦਾ ਹੈ ਕੀਨੂ ਮਾਲਟਾ ਕਾ, ਜਿਸਕੋ ਹਮ ਮਸੰਮੀ ਕਹਿ ਦੇਤੇ ਹੈਂ, ਜੂਸ ਵਾਲੀ ਮਸੰਮੀ, ਉਸਕਾ ਪੌਦਾ ਮੈਂ ਆਪਕੋ ਦਿਖਾ ਰਹਾ ਹੂੰ। ਜੇ ਦੇਖੋ, ਇਸਮੇਂ ਫਲ ਆਇਆ। ਇਸ ਵਾਰ ਇਹ ਫਸਟ ਟਾਈਮ ਇਸਕਾ ਫਲ ਹੈ, ਔਰ ਫਸਟ ਟਾਈਮ ਇਹ ਦੇਖੋ ਬਹੁਤ ਹੀ ਅੱਛਾ ਫਲ ਆਇਆ ਹੁਆ ਹੈ। ਇੱਕ ਯਹਾਂ ਪੇ ਹੈ, ਇਹ ਦੇਖੀਏ, ਦੋ, ਔਰ ਇਸਮੇਂ ਅਭੀ ਤੀਨ ਫਲ ਆਏ ਹੈਂ। ਪੌਦਾ ਅਭੀ ਬਹੁਤ ਹੀ ਛੋਟਾ ਹੈ, ਇਹ ਦੇਖ ਸਕਤੇ ਹੋ ਆਪ ਦੂਰ ਸੇ, ਬਿਲਕੁਲ ਛੋਟਾ ਪੌਦਾ ਹੈ ਯੇ। ਔਰ ਇਸਮੇ ਫਲ ਇੱਕ ਯੇ ਆਇਆ। ਦੋਸਤੋ, ਜ਼ਿਆਦਾ ਸੇ ਜ਼ਿਆਦਾ ਫਲ ਵਾਲੇ ਪੌਦੇ ਲਗਾਓ, ਤਾਂ ਜੋ ਹਮ ਅੱਛੇ ਸੇ ਅੱਛੇ ਫਲ, ਔਰਗੈਨਿਕ ਫਲ ਆਪਣੇ ਘਰ ਪੇ ਖਾ ਸਕੇ। ਇਸਮੇਂ ਮੈਂ ਰੂੜੀ ਖਾਦ ਔਰ ਨੋਰਮਲ ਸੀ ਜੋ ਰੂੜੀ ਖਾਦ ਹੋਤੀ ਹੈ ਵੋ ਡਾਲਤਾ ਹੂੰ। ਔਰ ਇਸਕੀ ਹਰ ਸਾਲ ਕਟਿੰਗ ਹੋਤੀ ਹੈ, ਲੇਕਿਨ ਯੇ ਇਸਕੋ ਤੋ ਦੋ ਢਾਈ ਸਾਲ ਹੋਏ ਹੈ, ਇਸਕੀ ਇੱਕ ਵਾਰ ਕਟਿੰਗ ਹੋਈ ਅਭੀ ਤੱਕ। ਔਰ ਇਸਕੋ ਫਸਟ ਟਾਈਮ ਫਲ ਆਇਆ ਹੈ ਯੇ, ਜੇ ਦੇਖੋ ਯੇ ਇੱਕ ਦੋ ਔਰ ਯੇ ਤੀਨ। ਦੋਸਤੋ, ਜ਼ਿਆਦਾ ਸੇ ਜ਼ਿਆਦਾ ਫਲ ਵਾਲੇ ਪੌਦੇ ਲਗਾਓ, ਔਰ ਅੱਛੇ ਸੇ ਅੱਛੇ ਫਸਲ ਹਮ ਖਾ ਸਕੇ, ਅੱਛੇ ਸੇ ਅੱਛੇ ਫਲ ਖਾ ਸਕੇ। ਔਰ ਜੋ ਮੈਨੇ ਨਾਸ਼ਪਤੀ ਕਾ ਪੌਦਾ ਲਗਾਇਆ ਥਾ, ਉਸਕੇ ਬਾਰੇ ਵੀ ਮੈਂ ਵੀਡੀਓ ਡਾਲੂੰਗਾ, ਵੋ ਚੱਲ ਗਿਆ ਹੈ, ਉਸਕੇ ਨਵੇਂ ਪੌਦ ਨਿਕਲ ਆਏ ਹੈ, ਉਸਕੇ ਨਵੇਂ ਪੱਤੇ ਨਿਕਲ ਆਏ ਹੈ। ਔਰ ਯੇ ਮੇਰਾ ਅਭੀ ਦੋ ਢਾਈ ਸਾਲ ਕਾ ਪੌਦਾ ਹੈ, ਇਸਕੀ ਗਰੋਥ ਅਭੀ ਅੱਛੀ ਹੋ ਰਹੀ ਹੈ, ਨਵੇਂ ਲੀਵਸ ਨਿਕਲ ਰਹੇ ਹੈ, ਔਰ ਫਲ ਵੀ ਆ ਰਿਹਾ ਇਸਮੇ। ਔਰ ਥੈਂਕ ਯੂ ਦੋਸਤੋ, ਮੇਰੇ ਵੀਡੀਓ ਕੋ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੇ। ਥੈਂਕ ਯੂ ਵੈਰੀ ਮੱਚ।